ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰਗੈਨ ਜੋ ਕਿ ਅਕਸਰ ਹੀ ਆਪਣੇ ਸਮਾਜਿਕ ਕਾਰਜਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਇੱਕ ਵਾਰ ਫਿਰ ਤੋਂ ਉਹਨਾਂ ਦੇ ਵੱਲੋਂ ਕੀਤੇ ਗਏ ਵੱਖਰੇ ਉਪਰਾਲੇ ਕਰਕੇ ਉਹ ਸੁਰਖੀਆਂ ਬਟੋਰ ਰਹੇ ਨੇ। ਦਰਅਸਲ ਆਂਗਨਵਾੜੀ ਸੈਂਟਰਸ ਤੇ ਸੈਲਫ ਹੈਲਪ ਗਰੁੱਪ ਬਣਾ ਕੇ ਕਾਰੋਬਾਰ ਕਰਨ ਵਾਲੀਆਂ ਔਰਤਾਂ ਨੂੰ ਇੱਕ ਸੇਲ ਕਾਊਂਟਰ ਅਲੋਟ ਕੀਤਾ ਜਾਵੇਗਾ ਜਿੱਥੇ ਕਿ ਉਹ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੇ ਗਏ ਸਮਾਨ ਦੀ ਵਿਕਰੀ ਕਰ ਸਕਦੀਆਂ ਨੇ। ਮੇਰਾ ਨਾਮ ਜਸਵੰਤ ਕੌਰ ਜੀ, ਆਂਗਨਵਾੜੀ ਵਰਕਰ ਆ ਟਾਰੀ ਪਿੰਡ। ਹਾਂਜੀ, ਅੱਜ ਜਿਹੜੀ ਆਜ਼ਾਦੀ ਲੋਹੜੀ ਸਾੜ ਰਹੇ ਇੱਥੇ, ਇਹਦੇ ਬਾਰੇ ਕੀ ਮੈਸੇਜ? ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਆਪਾਂ ਪੁੱਤਾਂ ਦੇ ਬਰਾਬਰ ਆਪਾਂ ਧੀਆਂ ਨੂੰ ਵੀ ਰੱਖੀਏ, ਜੇ ਆਪਾਂ ਪੁੱਤਾਂ ਦੀ ਲੋਹੜੀ ਮਨਾ ਸਕਦੇ ਹਾਂ ਤਾਂ ਧੀਆਂ ਦੀ ਵੀ ਖੁਸ਼ੀ ਸਾਨੂੰ ਮਨਾਉਣੀ ਚਾਹੀਦੀ ਆ। ਜੇ ਧੀਆਂ ਪੁੱਤਾਂ ਦੇ ਬਰਾਬਰ ਕੰਮ ਕਾਰ ਕਰ ਸਕਦੀਆਂ, ਦੇਸ਼ ਰੋਸ਼ਨ ਕਰ ਰਹੀਆਂ, ਪੜ੍ਹ ਰਹੀਆਂ, ਅਤੇ ਫਿਰ ਲੋਹੜੀ ਕਿਉਂ ਨਹੀਂ ਅਸੀਂ ਮਨਾ ਰਹੇ? ਅਸੀਂ ਪੁੱਤਾਂ ਦੇ ਬਰਾਬਰ ਧੀਆਂ ਦੀ ਵੀ ਖੁਸ਼ੀ ਕਰੀਏ, ਇਸ ਵਾਸਤੇ ਅਸੀਂ ਅੱਜ ਲੋਹੜੀ ਮਨਾ ਰਹੇ ਹਾਂ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਕੀ ਦੇਣਾ ਚਾਹ ਰਹੇ ਹੋ? ਮੈਸੇਜ ਅਸੀਂ ਇਹੀ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਜਿੱਥੇ ਪੁੱਤਾਂ ਨੂੰ ਆਪਾਂ ਰੱਖਦੇ ਹਾਂ ਉੱਥੇ ਸਾਨੂੰ ਬਰਾਬਰ ਤੇ ਧੀਆਂ ਵੀ ਰੱਖਣੀਆਂ ਚਾਹੀਦੀਆਂ ਨੇ। ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਧੀਆਂ ਦਾ ਸਨਮਾਨ ਹੋਣਾ ਚਾਹੀਦਾ ਵੱਧ ਤੋਂ ਵੱਧ। ਅੱਜ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਦੋ ਅਹਿਮ ਮਹਿਮ ਚਲਾਈਆਂ ਜਾ ਰਹੀਆਂ। ਵਨ ਇਹ ਬੇਟੀ ਬਚਾਓ ਬੇਟੀ ਪੜ੍ਹਾਓ, ਇੱਕ ਹੈ ਜੀ ਪੋਸ਼ਣ ਅਭਿਆਨ ਜਿਸ ਤਹਿਤ ਅਸੀਂ ਇਹ ਪ੍ਰੋਗਰਾਮ ਕਰਵਾਇਆ ਜੀ। ਵੱਖ ਵੱਖ ਸਟਾਲਸ ਜਿਹੜੇ ਸੀ ਉਹ ਪੋਸ਼ਣ ਅਭਿਆਨ ਤਹਿਤ ਲਗਾਏ ਗਏ ਸੀ, ਔਰ ਜੋ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਉਹ ਬੇਟੀ ਬਚਾਓ ਬੇਟੀ ਪੜ੍ਹਾਓ ਮਹਿਮ ਤਹਿਤ ਕੀਤਾ ਗਿਆ। 151 ਨਵਜੰਮੀਆਂ ਲੜਕੀਆਂ ਨੂੰ ਅਸੀਂ ਅੱਜ ਸਨਮਾਨਿਤ ਕੀਤਾ ਲੋਹੜੀ ਪਾ ਕੇ। 5 ਇਹੋ ਜਿਹੇ ਪੇਰੈਂਟਸ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਦੀ ਓਨਲੀ ਗਰਲ ਚਾਈਲਡ ਹੈ, ਔਰ ਉਹਨਾਂ ਨੇ ਆਪਦੀ ਬੱਚੀਆਂ ਦੀ ਐਜੂਕੇਸ਼ਨ ਲਈ ਔਰ ਉਹਨਾਂ ਨੂੰ ਸਟੈਂਡ ਕਰਨ ਲਈ ਕਾਫੀ ਮਿਹਨਤ ਕੀਤੀ ਹੈ, ਔਰ ਇਹਦੇ ਨਾਲ ਕੁਝ ਸਾਡੀ ਆਂਗਨਵਾੜੀ ਵਰਕਰਸ ਜਿਨ੍ਹਾਂ ਨੇ ਸਕੀਮ ਤਹਿਤ ਕਾਫੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅੱਜ ਅਸੀਂ ਸਨਮਾਨਿਤ ਕੀਤਾ। ਜ਼ਿਕਰੇ ਖਾਸ ਹੈ ਕਿ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਔਰਤਾਂ ਦੀ ਹੌਸਲਾ ਵਜਾਈ ਕਰਦੇ ਹੋਏ ਕਿਹਾ ਕਿ ਦੂਸਰੇ ਲੋਕਾਂ ਨੂੰ ਵੀ ਇਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੀ ਇਹਨਾਂ ਔਰਤਾਂ ਦੀ ਮਦਦ ਕਰਨ ਦੇ ਲਈ ਹਰ ਇੱਕ ਯਤਨ ਕਰੇਗਾ। ਜ਼ਿਕਰੇ ਖਾਸ ਹੈ ਕਿ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਸੈਲਫ ਹੈਲਪ ਗਰੁੱਪ ਦੇ ਜ਼ਰੀਏ ਔਰਤਾਂ ਨੂੰ ਜਲਦ ਹੀ ਸੈਨੇਟਰੀ ਨੈਪਕਿਨ ਪ੍ਰੋਡਕਸ਼ਨ ਦੀ ਟ੍ਰੇਨਿੰਗ ਵੀ ਦਵਾਈ ਜਾਵੇਗੀ। ਦਿੱਲੀ ਅਤੇ ਮੁੰਬਈ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੇ ਵਪਾਰ ਨੂੰ ਅੱਗੇ ਵਧਾਇਆ ਜਾਵੇਗਾ। ਅੱਜ ਫਿਰੋਜ਼ਪੁਰ ਦੇ ਵਿੱਚ 151 ਜਿਹੜੇ ਨਵੇਂ ਬੱਚੇ ਨੇ, ਬੱਚੀਆਂ ਰਾਧਰ, ਉਹ ਬੱਚੀਆਂ ਦੀ ਲੋਹੜੀ ਮਨਾਉਣ ਵਾਸਤੇ ਅਸੀਂ ਅੱਜ ਸਮਾਗਮ ਕੀਤਾ ਹੈਗਾ, ਔਰ ਹੁਣ ਅਸੀਂ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਪ੍ਰੋਪਰ ਵੇ ਦੇ ਵਿੱਚ ਲੋਹੜੀ ਬੁਲਾਵਾਂਗੇ ਔਰ ਉਹਨਾਂ ਨੂੰ ਸਾਰੇ ਮਾਤਾ ਪਿਤਾ ਨੂੰ ਵਧਾਈ ਦੇਵਾਂਗੇ। ਸਰ, ਇੱਕ ਤੁਸੀਂ ਇੱਥੇ ਨਵੀਂ ਪਹਿਲ ਵੀ ਕੀਤੀ ਹੈਗੀ ਹੈ ਕਿ ਜਿਹੜੇ ਸੈਂਟਰਾਂ ਦੇ ਵਿੱਚ ਹੀ ਜਿਹੜਾ ਸਮਾਨ ਬਣਾ ਕੇ ਵੇਚ ਵੀ ਸਕਦੇ ਸੈਲਫ ਹੈਲਪ ਗਰੁੱਪ ਜਿਹੜੇ ਸੈਲਫ ਹੈਲਪ ਗਰੁੱਪ ਦੇ ਮੈਂ ਅੱਜ ਜੋ ਮੇਰੇ ਦਿਲ 'ਚ ਸਵੇਰ ਤੋਂ ਆ ਰਹੀ ਸੀ ਗੱਲ, ਉਹ ਅੱਜ ਮੈਂ ਅਨਾਊਂਸ ਕੀਤੀ ਹੈ ਕਿ ਸੈਲਫ ਹੈਲਪ ਗਰੁੱਪ ਜਿਹੜੇ ਹੈਗੇ ਨੇ ਬੜਾ ਅੱਛਾ ਸਮਾਨ ਬਣਾਉਂਦੇ ਨੇ, ਪਰ ਇਹਨਾਂ ਨੂੰ ਸੇਲ ਪੁਆਇੰਟ ਨਹੀਂ ਹੁੰਦਾ। ਸੋ ਇਹਨਾਂ ਨੂੰ ਸੇਲ ਪੁਆਇੰਟ ਮੈਂ ਅਜਿਹਾ ਵਿਚਾਰ ਦਿੱਤਾ ਹੈਗਾ ਕਿ ਆਂਗਨਵਾੜੀ ਸੈਂਟਰ ਦੇ ਵਿੱਚ ਸੇਲ ਪੁਆਇੰਟ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਕਿਹੜਾ ਸੈਲਫ ਗਰੁੱਪ ਅਚਾਰ ਬਣਾਉਂਦਾ ਜਾਂ ਕਿਹੜਾ ਪੱਖੀਆਂ ਬਣਾਉਂਦਾ ਜਾਂ ਕਿਹੜਾ ਚਾਦਰਾਂ ਬਣਾਉਂਦਾ, ਔਰ ਉਹਨਾਂ ਨੂੰ ਸਪੈਸੀਫਾਈਡ ਜਗ੍ਹਾ ਹੋਵੇਗੀ ਤਾਂ ਉਹਨਾਂ ਦੀ ਸੇਲ ਵਧੇਗੀ, ਰੁਜ਼ਗਾਰ ਵਧੇਗਾ ਔਰ ਲੋਕਾਂ ਨੂੰ ਸੁਵਿਧਾ ਹੋਏਗੀ। ਉਹਦੇ ਨਾਲ ਨਾਲ ਅਸੀਂ ਅੱਜ ਜੋ ਵਿਚਾਰ ਅੱਜ ਮੈਂ ਪ੍ਰਗਟ ਕਰ ਰਹੇ ਹਾਂ ਕਿ ਸੈਨੇਟਰੀ ਨੈਪਕਿਨ ਇੰਡੀਆ 'ਚ ਕਿੱਥੇ ਬਣਦੇ ਨੇ ਉਹਦੀ ਭਾਲ ਕੀਤੀ ਜਾਵੇਗੀ। ITI ਦਿੱਲੀ 'ਚ ਕਿ ITI ਬੋਂਬੇ ਹੈ, ਜਿੱਥੇ ਵੀ ਹੋਏਗੀ ਉੱਥੇ ਮੈਂ ਖੁਦ ਜਾਊਂਗਾ, ਉਹਦੀ ਟੈਕਨੀਕ ਦੇਖਾਂਗਾ, ਸੈਲਫ ਹੈਲਪ ਗਰੁੱਪ ਦੇ ਇੱਕ ਇੱਕ ਮੈਂਬਰ ਨੂੰ ਫਿਰ ਉਸ ਤੋਂ ਬਾਅਦ ਨਾਲ ਲੈ ਕੇ ਜਾਵਾਂਗਾ, ਪ੍ਰੋਪਰ ਟ੍ਰੇਨਿੰਗ ਦਵਾਵਾਂਗਾ। ਸੈਲਫ ਹੈਲਪ ਗਰੁੱਪ ਉਹ ਸੈਨੇਟਰੀ ਨੈਪਕਿਨ ਬਣਾਉਣ, ਆਪਣੀ ਆਜੀਵਿਕਾ ਕਮਾਉਣ ਦੇ ਕਾਬਿਲ ਹੋ ਜਾਣਗੇ ਔਰ ਲੋਕਾਂ ਨੂੰ ਉਹਦੀ ਸੁਵਿਧਾ ਹੋਏਗੀ। ਜੇ ਉਹ ਆਂਗਨਵਾੜੀ ਸੈਂਟਰ 'ਚ ਹੋਣਗੇ ਤਾਂ ਆਂਗਨਵਾੜੀ ਹਰ ਬੰਦੇ ਨੂੰ ਪਤਾ ਹੋਏਗਾ, ਲੇਡੀ ਨੂੰ, ਕਿ ਆਂਗਨਵਾੜੀ ਸੈਨੇਟਰੀ ਨੈਪਕਿਨ ਆਂਗਨਵਾੜੀ 'ਚ ਮਿਲਦੇ ਨੇ, ਉੱਥੋਂ ਜਾ ਕੇ ਲੈ ਸਕਦੇ ਨੇ। ਅਸੀਂ ਸਕੂਲਾਂ ਦੇ ਵਿੱਚ ਜਿਹੜੇ ਫਿਰੋਜ਼ਪੁਰ ਦੇ ਸਾਰੇ ਸਕੂਲਾਂ ਨੂੰ ਅਸੀਂ ਕਵਰ ਕਰ ਰਹੇ ਹਾਂ ਸੈਨੇਟਰੀ ਨੈਪਕਿਨ ਮਸ਼ੀਨਸ ਨਾਲ, ਰਾਦਰ 2-4 ਦਿਨ 'ਚ ਸਾਰੇ ਸਕੂਲ ਦੇ ਉੱਤੇ ਮਸ਼ੀਨ ਲੱਗ ਜਾਏਗੀ। ਉਹ ਵੀ ਕਿ ਉਹਨਾਂ ਦਾ ਸੇਲ ਪੁਆਇੰਟ ਹੋਏਗਾ, ਆਂਗਨਵਾੜੀ ਉਹਨਾਂ ਦਾ ਸੇਲ ਪੁਆਇੰਟ ਹੋਣਗੇ, ਹਰ ਪਿੰਡ ਉਹਨਾਂ ਦਾ ਸੇਲ ਪੁਆਇੰਟ ਹੋਏਗਾ। ਉਹਨਾਂ ਦੇ ਆਜੀਵਿਕਾ ਨੂੰ ਵਧਾਉਣ ਦਾ ਇੱਕ ਹੈ ਅੱਛਾ ਤਰੀਕਾ ਹੈ, ਔਰ ਉਹਦੇ ਨਾਲ ਹੈਲਥ ਜਿਹੜਾ ਹੈਗਾ ਉਹ ਵੀ ਲੋਕਾਂ ਦੀ ਅੱਛੀ ਰਹੇਗੀ। ਉੱਥੇ ਇਸ ਮੌਕੇ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਜ਼ਿਲ੍ਹਾ ਬ੍ਰਾਂਡ ਅੰਬੈਸਡਰ ਅਨਮੋਲ ਬੇਰੀ ਵੀ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।